ਜੇ ਕੋਈ ਕਹੇ ਕਿ ਬਈ ਇਹ ਤਾਂ ਗੁਰਮਤ ਨਹੀਂ ਇਹੋ ਜੇ ਗੀਤ ਸੁਣਨੇ ਕਹਿੰਦੇ ਲੈ ਫਿਰ ਕੀ ਹੋਇਆ ਇਹਨੇ ਜਫਰਨਾਮਾ ਵੀ ਤਾਂ ਗਾਇਆ ਹੀ ਹੈ ਇਉਂ ਕਹਿ ਦਿੰਦੇ ਆ ਉਹ ਗਾਇਕ ਇੱਕੋਨੇ ਇੱਕ ਅੱਧਾ ਕੋਈ ਧਾਰਮਿਕ ਗੀਤ ਵੀ ਗਾਇਆ ਹੁੰਦਾ ਜਾਂ ਗੁਰਬਾਣੀ ਤਾਂ ਗਾਉਣੀ ਨਹੀਂ ਚਾਹੀਦੀ ਇਹ ਤਾਂ ਸਾਡੀ ਢਲਿਆਈ ਹੈ ਨਾ ਪੰਥ ਦੇ ਜਿਹੜੇ ਨੁਮਾਇੰਦੇ ਆ ਮੁਖੀ ਆ ਉਹਨਾਂ ਨੂੰ ਇਹਨਾਂ ਨੂੰ ਲਗਾਮ ਪਾਉਣੀ ਚਾਹੀਦੀ ਹੈ ਐਵੇਂ ਜਿਹੜਾ ਮਰਜ਼ੀ ਸਿਰ ਘਸਿਆ ਉੱਠ ਕੇ ਗੁਰਬਾਣੀ ਗਾਉਣ ਲੱਗ ਜਾਵੇ ਨਾ ਉਹਦਾ ਸਾਧ ਸੰਗਤ ਕੋਈ ਅਕਲ ਨਾ ਕਰਤੂਤ ਨਾ ਕੋਈ ਸਮਾਜ ਵਿੱਚ ਉਹਦੀ ਇਮਜ ਧਾਰਮਿਕ ਹੈ ਨਹੀਂ ਅਤੇ ਫਿਰ ਲੋਕ ਕੀ ਆ ਉਹਨਾਂ ਦੇ ਪਿੱਛੇ ਲੱਗ ਕੇ ਧਾਰਮਿਕ ਸਫਾਵਾਂ ਦੇ ਵੀ ਲੋਕ ਵੀ ਨੱਚਣ ਟੱਪਣ ਲੱਗ ਪੈਂਦੇ ਆ ਕਿ ਚਲੋ ਇਹਨੇ ਵੇਖੋ ਜੀ ਆਰਤੀ ਗਾਈ ਹੈ ਜਫਰਨਾਮਾ ਗਾਇਆ ਹੈ ਜਿਹੜੇ ਉਹ ਲੱਚਰ ਗੰਦੇ ਗੀਤ ਗਾਉਂਦਾ ਹੈ ਅਤੇ ਫਿਰ ਉੱਥੇ ਗਾਇਆ ਤਾਂ ਜਾ ਰਿਹਾ ਗੰਦਾ ਗੀਤ ਅਤੇ ਭੰਗੜੇ ਪਾ ਰਿਹਾ ਅਤੇ ਉੱਥੇ ਅਖਾੜਿਆਂ ਦੇ ਵਿੱਚ ਵੇਖੋ ਐਡੀ ਮੱਤ ਮਾਰੀ ਅਤੇ ਸਿੱਖ ਜਕਾਰੇ ਛੱਡਣ ਲੱਗ ਪੈਂਦੇ ਜਕਾਰਾ ਸਾਡਾ ਇੱਕ ਸਾਧ ਸੰਗਤ ਜੀ ਅਣਖ ਅਤੇ ਗੈਰਤ ਦਾ ਪ੍ਰਤੀਕ ਵੈ ਚੜ੍ਹਦੀ ਕਲਾ ਦਾ ਪ੍ਰਤੀਕ ਵੈ ਇਹ ਸ਼ਹੀਦਾਂ ਨਾਲ ਸੰਬੰਧਿਤ ਵੈ ਇਹ ਖਾਲਸੇ ਪੰਥ ਦੇ ਗੌਰਵਮਈ ਇਤਿਹਾਸ ਨਾਲ ਸੰਬੰਧਿਤ ਵੈ ਉਹਨਾਂ ਨਾਚਿਆਂ ਦੇ ਨਾਚ ਦੇ ਉੱਤੇ ਜਾ ਕਰਕੇ ਜਕਾਰੇ ਛੱਡਣੇ ਇਹ ਤਾਂ ਫਿਰ ਸਾਧ ਸੰਗਤ ਜੀ ਪੰਥ ਦੇ ਆਗੂਆਂ ਦੀ ਢਲਿਆਈ ਹੈ ਨਾ ਉਹ ਇਹਨਾਂ ਗਾਇਕਾਂ ਨੂੰ ਨੱਥ ਨਹੀਂ ਪਾਉਂਦੇ ਮੂੰਹ ਤੋਂ ਦਾੜੀ ਕੱਟੀ ਹੋਈ ਹੈ ਤੈਨੂੰ ਅਧਿਕਾਰ ਕਿਹਨੇ ਦਿੱਤਾ ਵੀ ਜਫਰਨਾਮਾ